ਵੇਲੇ ਦੀ ਵੱਡੀ ਖਬਰ, ਪੰਜਾਬ ਦੇ ਵਿੱਚ ਇੱਕ ਹੀ ਦਿਨ ਦੇ ਵਿੱਚ ਕੋਰੋਨਾ ਵਾਇਰਸ ਦੇ 20 ਮਾਮਲੇ ਸਾਹਮਣੇ ਆ ਗਏ ਨੇ ਤੇ ਕੁੱਲ ਮਰੀਜ਼ਾਂ ਦੀ ਗਿਣਤੀ 99 ਹੋ ਗਈ ਹੈ। ਪੰਜਾਬ ਸਰਕਾਰ ਦੇ ਵੱਲੋਂ ਜੋ ਮੀਡੀਆ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਮੁਤਾਬਕ ਹੁਣ ਤੱਕ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ 99 ਮਰੀਜ਼ ਪੋਜ਼ਿਟਿਵ ਪਾਏ ਗਏ ਨੇ। ਬੜੀ ਤੇਜ਼ੀ ਦੇ ਨਾਲ ਅੱਜ ਗਿਣਤੀ ਵਧੀ ਹੈ, 8 ਲੋਕਾਂ ਦੀ ਹੁਣ ਤੱਕ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦੇ ਮੌਤ ਹੋ ਚੁੱਕੀ ਹੈ। ਅੱਜ ਵੱਡੀ ਗੱਲ ਹੈ ਕਿ ਇੱਕ ਹੀ ਦਿਨ ਦੇ ਵਿੱਚ 20 ਪੋਜ਼ਿਟਿਵ ਮਾਮਲੇ ਸਾਹਮਣੇ ਆ ਗਏ ਨੇ। ਪਹਿਲਾਂ ਮੋਹਾਲੀ ਦੇ ਡੇਰਾਬੱਸੀ ਤੋਂ 7 ਪੋਜ਼ਿਟਿਵ ਮਾਮਲੇ ਸਾਹਮਣੇ ਆਏ, ਫਿਰ ਇੱਕ ਪਠਾਨਕੋਟ, 2 ਮਾਨਸਾ, 1 ਮੋਗਾ ਤੇ 1 ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆਇਆ। ਉਸ ਦੇ ਬਾਅਦ ਮੋਗਾ ਤੋਂ 3 ਹੋਰ ਕੇਸ ਸਾਹਮਣੇ ਆ ਗਏ ਤੇ ਥੋੜ੍ਹੀ ਦੇਰ ਪਹਿਲਾਂ ਪਠਾਨਕੋਟ ਦੇ ਵਿੱਚ 5 ਹੋਰ ਪੋਜ਼ਿਟਿਵ ਕੇਸ ਸਾਹਮਣੇ ਆ ਗਏ ਨੇ। ਲਗਾਤਾਰ ਗਿਣਤੀ ਵੱਧਦੀ ਜਾ ਰਹੀ ਹੈ। ਅੱਜ ਦੇ ਦਿਨ ਹੁਣ ਤੱਕ ਦੇ ਸਭ ਤੋਂ ਵੱਧ ਮਰੀਜ਼ ਕੋਰੋਨਾ ਦੇ ਪੰਜਾਬ ਦੇ ਵਿੱਚ ਸਾਹਮਣੇ ਆਏ ਨੇ। ਅੱਜ ਸਵੇਰੇ ਹੀ ਮਾਮਲਾ ਸ਼ੁਰੂ ਹੋਇਆ ਸੀ ਡੇਰਾਬੱਸੀ ਤੋਂ, ਜਿੱਥੇ 7 ਕੋਰੋਨਾ ਦੇ ਪੋਜ਼ਿਟਿਵ ਮਰੀਜ਼ ਸਾਹਮਣੇ ਆਏ ਤੇ ਹੁਣ ਥੋੜ੍ਹੀ ਦੇਰ ਪਹਿਲਾਂ ਪਠਾਨਕੋਟ ਦੇ ਵਿੱਚ ਵੀ 5 ਕੇਸ ਹੋਰ ਪੋਜ਼ਿਟਿਵ ਮਿਲ ਗਏ ਨੇ, ਜਿਸ ਦੇ ਚੱਲਦਿਆਂ ਪੰਜਾਬ ਭਰ ਦੇ ਵਿੱਚ 99 ਮਰੀਜ਼ ਹੋ ਗਏ ਨੇ। ਬੇਹੱਦ ਤੇਜ਼ੀ ਦੇ ਨਾਲ ਮਰੀਜ਼ਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ। ਦੱਸ ਦਈਏ ਕਿ ਹੁਣ ਤੱਕ ਕੁੱਲ 2559 ਸੈਂਪਲ ਭੇਜੇ ਗਏ ਸਨ, ਜਿਸ ਦੇ ਵਿੱਚੋਂ 2204 ਦੀ ਰਿਪੋਰਟ ਨੈਗੇਟਿਵ ਆਈ ਹੈ, 256 ਦੀ ਰਿਪੋਰਟ ਦਾ ਹਾਲੇ ਇੰਤਜ਼ਾਰ ਹੈ ਤੇ 99 ਮਰੀਜ਼ ਪੋਜ਼ਿਟਿਵ ਹੋ ਗਏ ਨੇ ਪੰਜਾਬ ਦੇ ਵਿੱਚ, ਜਦਕਿ 14 ਮਰੀਜ਼ ਠੀਕ ਵੀ ਹੋਏ ਨੇ। ਲਗਾਤਾਰ ਸਰਕਾਰ ਅਪੀਲ ਕਰ ਰਹੀ ਹੈ ਕਿ ਲੋਕ ਘਰਾਂ ਅੰਦਰ ਰਹਿਣ ਤਾਂ ਜੋ ਕੋਰੋਨਾ ਵਾਇਰਸ ਦੀ ਇਸ ਚੇਨ ਨੂੰ ਰੋਕਿਆ ਜਾ ਸਕੇ, ਕਿਉਂਕਿ ਤੇਜ਼ੀ ਦੇ ਨਾਲ ਗਿਣਤੀ ਵੱਧ ਰਹੀ ਹੈ ਤੇ ਅੱਜ ਵੱਡੀ ਖਬਰ ਹੈ ਕਿ ਇੱਕ ਹੀ ਦਿਨ ਦੇ ਵਿੱਚ ਕੋਰੋਨਾ ਵਾਇਰਸ ਦੇ 20 ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆ ਗਏ ਨੇ। ਚੰਡੀਗੜ੍ਹ ਤੋਂ ਦਿਨੇਸ਼ ਗੋਇਲ ਦੀ ਰਿਪੋਰਟ।